ਕਿ ਚੱਲ ਤੂੰ ਪੈਸੇ ਕੱਢ ਜੇਬ ਚੋਂ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਇੱਕ ਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਇੰਨਾ ਕਹਿਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕੁੜੀਆਂ ਨੂੰ ਭੇਜੋ ਪਰ ਵਿਆਹ ਕਰਕੇ ਭੇਜੋ ਕੱਲੀਆਂ ਕੁੜੀਆਂ ਨੂੰ ਨਾ ਭੇਜੋ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਔਖਾ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਤੇ ਸਾਨੂੰ ਰੂਮ ਨਹੀਂ ਮਿਲਿਆ ਸ਼ਾਮ ਪੈ ਗਈ ਸ਼ਾਮ ਪੈ ਗਈ ਮੇਰਾ ਇੱਕ ਕਲਾਸਮੇਟ ਮੁੰਡਾ ਰਹਿੰਦਾ ਵਿਚਾਰਾ ਮਾਂਚੈਸਟਰ ਹੈ ਉਹ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਹੁਣ ਅਸੀਂ ਅੱਜ ਬਰਮਿੰਗਮ ਚਲੇ ਗਏ ਤੇ ਸਾਨੂੰ ਕੱਲੂ ਫੇਰ ਆਵਾਂਗੇ ਅਸੀਂ 40 45 ਪਾਉਂਡ ਲਾ ਕੇ ਵੀ ਸਾਡੇ ਕੋਲ ਹੁਣ ਪੈਸੇ ਕਿੰਨੇ ਕਿਆ ਸਾਨੂੰ ਤਾਂ ਅਸੀਂ ਤਾਂ ਇੰਡੀਆ ਦੇ ਹਿਸਾਬ ਨਾਲ ਚਲਾਤੇ ਬਹੁਤ ਜਿਆਦਾ ਵੀ ਕੀ 40 45 ਪਾਉਂਡ ਹੀ ਨੇ ਸਮਝ ਹੀ ਗਏ ਜਿਵੇਂ ਇੰਡੀਆ ਦੇ 40 45 ਰੁਪਏ ਹੁੰਦੇ ਨੇ ਤੇ ਉੱਥੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਚਲ ਦੀ ਦੀ ਤੁਸੀਂ ਇਦਾਂ ਕਰੋ ਤੁਸੀਂ ਅੱਜ ਸਾਡੇ ਕੋਲ ਰਹਿ ਜਿਓ ਸਾਡੇ ਘਰ ਰੁਕ ਜਿਓ ਤੇ ਤੁਸੀਂ ਕੱਲੂ ਰੂਮ ਲੱਭ ਲਿਓ ਮੈਂ ਜੇਤੇ ਮੇਰੇ ਨਾਲ ਇੱਕ ਹੋਰ ਕੁੜੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਪਰ ਰੁੱਕ ਜਾਨੇ ਆ ਮੈਂ ਕਿਹਾ ਮੈਂ ਵੀ ਮੁੰਡਿਆਂ ਨੂੰ ਜਾਣਦੀ ਨਹੀਂ ਨਵੇਂ-ਨਵੇਂ ਹੈਗੇ ਆ ਹਨਾ ਨਵੇਂ-ਨਵੇਂ ਇਹ ਮੁੰਡੇ ਨੇ ਉਹ ਸਾਡੇ ਸ਼ਹਿਰ ਤੋਂ ਹੀ ਸੀ ਸੰਗਰੂਰ ਤੋਂ ਵਿਚਾਰੇ ਮੇਰੀ ਕਲਾਸ ਕਲਾਸ 'ਚ ਪੜਦਾ ਸੀ ਮੁੰਡਾ ਅਸੀਂ ਚਲੋ ਅਸੀਂ ਕਿਹਾ ਵੀ ਚਲੋ ਦੇਖ ਲੈਂਦੇ ਆ ਸ਼ਾਮ ਨੂੰ ਵੀ ਜੇ ਨਾ ਚੰਗਾ ਲੱਗਿਆ ਤਾਂ ਆਪਾਂ ਗੁਰੂ ਘਰ ਆ ਜਾਾਂਗੇ ਗੁਰੂ ਘਰ ਆ ਕੇ ਰੁੱਕ ਜਾਾਂਗੇ ਹਨਾ ਤੇ ਭੱਟ ਗੁਰੂ ਘਰ ਦੇ ਵਿੱਚ ਆਪਾਂ ਰਹਿ ਨਹੀਂ ਨਾ ਸਕਦੇ ਤੇ ਇੱਥੇ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਆਪਾਂ ਰਹਿ ਜਾਵਾਂਗੇ ਹਨਾ ਇੱਥੇ ਆਪਾਂ ਰਹਿ ਫਿਰ ਉਹ ਵਿਚਾਰੇ ਮੁੰਡੇ ਨੇ ਕਿਹਾ ਕਿ ਚਲੋ ਤੁਸੀਂ ਸਾਡੇ ਕੋਲ ਹੀ ਰੁਕ ਜਿਓ ਅਸੀਂ ਗਏ ਉਹਨਾਂ ਦੇ ਘਰ ਅਸੀਂ ਦੇਖਿਆ ਉਹਨੇ ਓਨਰ ਨਾਲ ਗੱਲ ਕੀਤੀ ਵੀ ਦੋ ਹਨਾ ਕੁੜੀਆਂ ਨੇ ਸਾਡੇ ਸ਼ਹਿਰ ਤੋਂ ਵੀ ਉਹਨਾਂ ਨੂੰ ਅੱਜ ਰੂਮ ਨਹੀਂ ਮਿਲਿਆ ਉਹਨਾਂ ਨੇ ਰਹਿਣਾਗਾ ਤੇ ਵੀ ਜੇ ਉਹ ਅੱਜ ਰਾਤ ਇੱਥੇ ਰਹਿਲਣ ਸਵੇਰੇ ਇੱਥੇ ਰੂਮ ਲੱਭ ਲੈਣਗੀਆਂ ਚਲੋ ਅਸੀਂ ਔਖੇ ਸੌਖੇ ਅਸੀਂ ਉੱਥੇ ਰਹਿ ਗਏ ਬਿਚਾਰਿਆ ਨੇ ਸਾਨੂੰ ਆਨਰ ਨਾਲ ਗੱਲ ਕਰਕੇ ਰੱਖ ਲਿਆ ਸਾਨੂੰ ਰੋਟੀ ਖਵਾਈ ਹੈ ਨਾ ਸਾਨੂੰ ਰੱਖਿਆ ਉਸ ਤੋਂ ਬਾਅਦ ਰਾਤ ਲੰਘੀ ਸਵੇਰ ਹੋਇਆ ਸਵੇਰੇ ਫੇਰ ਉਹੀ ਸਿਲਸਿਲਾ ਸ਼ੁਰੂ ਕੀ ਸਾਨੂੰ ਰੂਮ ਚਾਹੀਦਾ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਸਵੇਰੇ ਅਸੀਂ ਗੁਰੂ ਘਰ ਚਲੇ ਗਏ ਵੀ ਚੱਲ ਨਾਲੇ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਉਸ ਤੋਂ ਬਾਅਦ ਦੇਖਾਂਗੇ ਕਿਵੇਂ ਬਣਦਾ ਗੁਰੂ ਘਰ ਚਲੇ ਗਏ ਸਵੇਰੇ ਅਸੀਂ ਸਵੇਰੇ ਆ ਕੇ ਮੈਂ ਤੇ ਮੇਰੀ ਫਰੈਂਡ ਨੇ ਅਸੀਂ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਨੂੰ ਰੂਹ ਮਿਲ ਜਵੇ ਅੱਜ ਤੇ ਅਰਦਾਸ ਕਰਦੇ ਕਰਦੇ ਉੱਥੇ ਇੱਕ ਪੰਜਾਬੀ ਪੰਜਾਬੀ ਭਰਾ ਆਇਆ ਪੰਜਾਬੀ ਹੈ ਨਾ ਮੁੰਡਾ ਆਇਆ ਆਪਣੀਆਂ ਬੇਟੀਆਂ ਦੇ ਨਾਲ ਦੋਨਾਂ ਦੇ ਬੇਟੀਆਂ ਸੀਗੀਆਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਪੰਜਾਬੀ ਉੱਥੇ ਕੋਈ ਦਿਖਦਾ ਹੀ ਨਹੀਂ ਸੀਗਾ ਬਹੁਤ ਘੱਟ ਪੰਜਾਬੀ ਨੇ ਉੱਥੇ ਤੇ ਫਿਰ ਸਾਨੂੰ ਮਿਲਿਆ ਜਦੋਂ ਮੈਂ ਉਹਦੇ ਨਾਲ ਅਸੀਂ ਉਹਦੇ ਨਾਲ ਗੱਲ ਕੀਤੀ ਮੈਂ ਤੇ ਮੇਰੀ ਫਰੈਂਡ ਨੇ ਕਿ ਸਾਨੂੰ ਵੀਰੇ ਸਾਨੂੰ ਹਨਾ ਰੂਮ ਚਾਹੀਦਾ ਸੀ ਕੱਲ ਦੇ ਇੱਥੇ ਮਾਂਚੈਸਟਰ ਆਏ ਹੋਇਆ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਪਰੇਸ਼ਾਨ ਆ ਕਾਫੀ ਤੇ ਉਹ ਕਹਿੰਦਾ ਚਲ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨਾਲ ਗੱਲ ਕਰਕੇ ਜੇ ਕੋਈ ਕੁਝ ਬਣਿਆ ਹਿੱਲਾ ਤਾਂ ਜ਼ਰੂਰ ਕਰੂੰਗਾ ਉਹ ਗੁਰੂ ਘਰ ਮੱਥਾ ਟੇਕਣ ਆਏ ਸੀ ਸਵੇਰ ਦੇ ਟਾਈਮ ਹਰ ਰੋਜ਼ ਗੁਰੂ ਘਰ ਆਉਂਦੇ ਸੀਗੇ ਉੱਕਰੇ ਗਏ ਉਹਨਾਂ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣਾ ਤੇ ਮੈਂ ਨੰਬਰ ਲੈ ਗਏ ਸਾਡਾ ਤੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਵੀ ਉਹਦੀ ਵਾਈਫ ਨਾਲ ਗੱਲ ਕੀਤੀ ਕਿ ਦੋ ਕੁੜੀਆਂ ਮਿਲੀਆਂ ਸੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਰੂਮ ਨਹੀਂ ਮਿਲ ਰਿਹਾ ਕਾਫੀ ਪਰੇਸ਼ਾਨ ਸੀਗੀਆਂ ਹਨਾ ਵੀ ਜੇ ਉਹਨਾਂ ਲਈ ਰੂਮ ਦਾ ਅਰੇਂਜਮੈਂਟ ਹੋ ਸਕਦਾ ਤਾਂ ਦੇਖੋ ਤੇ ਉਹਦੀ ਵਾਈਫ ਨੇ ਵਿਚਾਰੀ ਨੇ ਨਾਲ ਦੀ ਨਾਲ ਆਪਣੇ ਹਸਬੰਦ ਨੂੰ ਕਿਹਾ ਵੀ ਤੈਨੂੰ ਉਹ ਕੁੜੀਆਂ ਮਿਲੀਆਂ ਹਨਾ ਵੀ ਗੁਰੂ ਘਰ ਤੈਨੂੰ ਕੁੜੀਆਂ ਮਿਲੀਆਂ ਵੀ ਪਤਾ ਨਹੀਂ ਕਿਹੜੀ ਵਿਪਤਾ ਦੇ ਵਿੱਚ ਹੋਣਗੀਆਂ ਜਦੋਂ ਅਸੀਂ ਇੰਗਲੈਂਡ ਆਏ ਸੀ ਵੀ ਆਪਣੇ ਕਿੰਨੇ ਮਾੜੇ ਹਾਲਾਤ ਸੀ अपना ਕਿਹੜਾ ਕੋਈ ਹੈਗਾ ਸੀਗਾ ਵੀ ਪਤਾ ਨਹੀਂ ਵਿਚਾਰੀਆਂ ਨੇ ਰੋਟੀ ਖਾਧੀ ਹੋਊਗੀ ਕਿ ਨਹੀਂ ਖਾਧੀ ਹੋਊਗੀ ਤੇ ਫਿਰ ਉਹ ਵੀਰੇ ਨੇ ਵਿਚਾਰੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਮੇਰੀ ਵਾਈਫ ਕਹਿੰਦੀ ਆ ਵੀ ਤੂੰ ਘਰੇ ਕਿਉਂ ਨਹੀਂ ਲੈ ਕੇ ਆਇਆ ਹਨਾ ਉਹਨਾਂ ਨੂੰ ਵੀ ਤੂੰ ਘਰੇ ਲੈ ਆਉਂਦਾ ਕੁੜੀਆਂ ਨੂੰ ਤੇ ਚਲੋ ਅਸੀਂ ਸੋਚਿਆ ਵੀ ਹੋਰ ਕੋਈ ਹਿੱਲਾ ਵੀ ਹੈ ਨਹੀਂ ਵੀ ਸਾਨੂੰ ਸ਼ਾਇਦ ਰੂ ਦਵਾ ਦੇ ਸਾਨੂੰ ਪੰਜਾਬੀ ਵੀ ਇਹੀ ਮਿਲਿਆ ਹੋਰ ਸ਼ਾਇਦ ਪੰਜਾਬੀ ਮਿਲੂ ਕਿ ਨਹੀਂ ਮਿਲੂ ਸਾਨੂੰ ਨਹੀਂ ਪਤਾ ਤੇ ਉਹਨੇ ਵਿਚਾਰੇ ਨੇ ਉਹ ਵਿਚਾਰਾ ਆਇਆ ਸਾਨੂੰ ਫੋਨ ਕੀਤਾ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਆਪਣੇ ਵੀ ਤੁਸੀਂ ਘਰੇ ਆਓ ਤੁਸੀਂ ਰੋਟੀ ਖਾਓ ਹਨਾ ਰੋਟੀ ਪਾਣੀ ਖਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਰੂਮ ਦਾ ਥੋੜਾ ਅਸੀਂ ਕਰਵਾ ਦਾਂਗੇ ਉਹਨੇ ਵਿਚਾਰੇ ਨੇ ਸਾਨੂੰ ਗੱਡੀ ਲੈ ਕੇ ਆਇਆ ਸਾਨੂੰ ਘਰ ਲੈ ਗਿਆ ਆਪਣੇ ਅਸੀਂ ਉਹਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਵਿਚਾਰੇ ਨੇ ਸਾਨੂੰ ਰੋਟੀ ਖਵਾਈ ਸਾਡਾ ਅਸੀਂ ਨਾਤੇ ਉੱਥੇ ਸਾਡਾ ਮਾਨ ਤਾਨ ਬਹੁਤ ਮਾਨ ਤਾਨ ਕੀਤਾ ਉਹਨਾਂ ਨੇ ਹਨਾ ਤੇ ਉਸ ਤੋਂ ਬਾਅਦ ਉਹ ਦੀਦੀ ਨੇ ਫਿਰ ਫੋਨ ਕੀਤਾ ਆਪਣੇ ਕਿਸੇ ਫਰੈਂਡ ਨੂੰ ਵੀ ਕੁੜੀਆਂ ਨੇ ਕੱਲ ਦੀ ਆਈਆਂ ਹੋਈਆਂ ਨੇ ਉਹਨਾਂ ਨੂੰ ਰੂਮ ਨਹੀਂ ਮਿਲ ਰਿਹਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਫਿਰ ਉਹ ਦੀਦੀ ਕਹਿੰਦੀ ਵੀ ਹਾਂ ਮੇਰੇ ਕੋਲ ਰੂਮ ਪਿਆ ਵੀ ਕੁੜੀਆਂ ਇੱਥੇ ਆ ਜਨ ਮੇਰੇ ਘਰੇ ਸਾਨੂੰ ਰੂਮ ਮਿਲ ਗਿਆ ਤੇ ਸਾਨੂੰ ਦੀਦੀ ਉਹਨਾਂ ਦੇ ਘਰੇ ਲੱਗੇ ਸਾਨੂੰ ਰੂਮ ਮਿਲ ਗਿਆ ਉਹ ਵੀ ਹਰਿਆਣੇ ਤੋਂ ਆ ਫੈਮਿਲੀ ਜਿੱਦਾਂ ਪੰਜਾਬੀ ਨੇਗੇ ਤੇ ਫਿਰ ਅਸੀਂ ਉਹਨਾਂ ਦੇ ਘਰ ਚਲੇ ਗਏ ਫਿਰ ਸਾਡਾ ਸਮਾਨ ਇੱਥੇ ਬਰਮਿੰਗਮ ਪਿਆ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਆ ਕੇ ਵਰਮਿੰਗਮ ਤੋਂ ਦੁਆਰਾ ਫੇਰ ਆਪਣਾ ਸਮਾਨ ਚੱਕ ਕੇ ਉੱਥੇ ਲੈ ਗਈ ਤੇ ਸਾਨੂੰ ਰੂਮ ਮਿਲ ਗਿਆ ਮਾਂਚੈਸਟਰ ਰਹੀ ਮੈਂ ਤੇ ਜਿੱਦਾਂ ਫਰਵਰੀ ਮਾਰਚ ਮੈਂ ਉੱਥੇ ਲਾਈ 2 ਮੰਥ ਮੈਂ ਉੱਥੇ ਲਾਈ ਹੈ ਨਾ ਤੇ ਉਸ ਤੋਂ ਬਾਅਦ ਫੇਰ ਮੇਰੀ ਕੰਮ ਦੀ ਥੋੜੀ ਮੇਰੀ ਸੈਟਿੰਗ ਨਹੀਂ ਆਈ ਹੈਗੀ ਉੱਥੇ ਹੈ ਨਾ ਮੈਨੂੰ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਪੰਜਾਬੀ ਨਹੀਂ ਹੈਗਾ ਵੀ ਪੰਜਾਬੀ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ ਦਿਲ ਨਹੀਂ ਸੀ ਲੱਗਦਾ ਹਨਾ ਐਂ ਲੱਗਦਾ ਸੀ ਵੀ ਆਪਾਂ ਕਿੱਥੇ ਆ ਕੇ ਫਸ ਗਏ ਐਂ ਲੱਗਦਾ ਸੀ ਵੀ ਆਪਾਂ ਕਿਉਂ ਪੰਜਾਬ ਛੱਡਿਆ ਕਿਉਂ ਨਾ ਆਪਾਂ ਪੰਜਾਬ 'ਚ ਰਹੇ ਬਹੁਤ ਮਨ ਦੁਖੀ ਹੁੰਦਾ ਸੀਗਾ ਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਹਿੰਦੇ ਕਹਿਣਾ ਬਹੁਤ ਸੌਖਾ ਬਾਹਰਲੇ ਮੁਲਕ ਪਰ ਤੰਗੀਆਂ ਬਹੁਤ ਆਉਂਦੀਆਂ ਨੇ ਤੇ ਕਹਿੰਦੇ ਬਾਥਰੂਮਾਂ ਦੇ ਵਿੱਚ ਤੁਸੀਂ ਲੁਕ ਲੁਕੇ ਰੋਇਆ ਕਰੋਗੇ ਕਿਸੇ ਦੇ ਸਾਹਮਣੇ ਵੀ ਤੁਹਾਡੇ ਤੋਂ ਰੋ ਨਹੀਂ ਹੋਣਾ ਉਹੀ ਗੱਲ ਹੋ ਗਈ ਸੀ ਉੱਥੇ ਰਹਿ ਕੇ ਇਦਾਂ ਲੱਗਣ ਲੱਗਿਆ ਵੀ ਆ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਮੈਂ ਉਹ ਬਰਮਿੰਗਮ ਸੀਗੀ ਮੈਂ ਕਿਹਾ ਵੀ ਮੇਰਾ ਨਹੀਂ ਇੱਥੇ ਦਿਲ ਲੱਗਦਾ ਵੀ ਮੈਂ ਬਰਮਿੰਗਮ ਆਉਣਾਗਾ ਤੇ ਚਲੋ ਜੀ ਮੈਂ ਮਾਰਚ ਅਪ੍ਰੈਲ ਅਪ੍ਰੈਲ ਹਾਂ ਅਪ੍ਰੈਲ ਦੇ ਵਿੱਚ ਮੈਂ ਬਰਮਿੰਗਮ ਆ ਗਈ ਅਪ੍ਰੈਲ ਤੇ ਮਈ ਹੁਣ ਮੈਂ ਬਰਮਿੰਗਮ ਦੇ ਵਿੱਚ ਆ ਬਰਮਿੰਗਮ ਆ ਕੇ ਕੰਮ ਨਹੀਂ ਮਿਲਿਆ ਕੰਮ ਕਿੱਥੋਂ ਮਿਲੇ ਕਰੋਨਾ ਕਰਕੇ ਸਾਰੇ ਸਾਰੀਆਂ ਸ਼ਾਪਾਂ ਬੰਦ ਦੇ ਸਾਰੇ ਕੰਮ ਬੰਦ ਆ ਬਹੁਤ ਘੱਟ ਕੰਮ ਸੀ ਜਿਹੜੇ ਖੁੱਲੇ ਹੋਏ ਸੀਗੇ ਨਾ ਤੇ ਇੱਥੇ ਬਰਮਿੰਗਮ ਆ ਕੇ ਮੈਂ ਇੰਨੇ ਕੁ ਲੋਕਾਂ ਨੂੰ ਫੋਨ ਕੀਤੇ ਇੰਨੇ ਕੁ ਸੋਸ਼ਲ ਵਰਕਰਾਂ ਨੂੰ ਫੋਨ ਕੀਤੇ ਬਹੁਤ ਮਤਲਬ ਫੋਨ ਕਿਤੇ ਵੀ ਮੈਨੂੰ ਕੰਮ ਦਵਾ ਦੋ ਵੀ ਮੇਰੇ ਕੋਲ ਵੀ ਰੈਂਟ ਵੀ ਨਹੀਂ ਨਿਕਲਣਾ ਹੈਗਾ ਮੇਰੇ ਕੋਲ ਵੀ ਮੈਂ ਕੀ ਕਰੂੰਗੀ ਮੈਂ ਇੰਡੀਆ ਤੋਂ ਵੀ ਨਹੀਂ ਮੰਗਾ ਸਕਦੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ 2000 4000 ਵਿਚਾਰੇ ਇੰਡੀਆ ਵਾਲੇ ਭੇਜ ਦਿਆ ਕਰਨਗੇ ਹਰ ਮਹੀਨੇ ਆਪਣਾ ਗੁਜ਼ਾਰਾ ਚੱਲੀ ਜਾਊਗਾ ਇੰਡੀਆ ਦਾ ਜੇ ਆਪਣੇ ਕੋਲ 40 50000 ਰੁਪਏ ਹੈਗਾ ਆ ਤਾਂ ਇੱਥੇ ਇੱਕ ਮਹੀਨੇ ਦਾ ਖਰਚਾ ਮੈਂ ਨਹੀਂ ਸੀ ਮੰਗਾ ਸਕਦੀ ਤੇ ਫੇ ਮੈਂ ਫੇਸਬੁੱਕ ਤੇ ਵੀ ਮੈਂ ਪਾਇਆ ਸੀ ਵੀ ਜੇ ਕੋਈ ਬਰਮਿੰਗਮ ਤੋਂ ਕੋਈ ਵੀਰ ਕੋਈ ਭੈਣ ਹੈਗੀ ਆ ਮੇਰੀ ਫੇਸਬੁੱਕ ਤੇ ਮੇਰੇ ਨਾਲ ਜੁੜੀ ਹੋਈ ਆ ਤਾਂ ਪਲੀਜ਼ ਵੀ ਮੇਰੇ ਨਾਲ ਕੰਟੈਕਟ ਕਰਨ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਕਾਫੀ ਵਿਚਾਰੇ ਮੁੰਡਿਆਂ ਨੇ ਮੈਨੂੰ ਕੰਟੈਕਟ ਵੀ ਕੀਤੇ ਜਿਹੜੇ ਬਰਮਿੰਗਮ ਤੋਂ ਸੀਗੇ ਕੰਟੈਕਟ ਕੀਤੇ ਕਾਫੀ ਨੇ ਤੇ ਕਹਿੰਦੇ ਚਲੋ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਲਪ ਆ ਉਹ ਕਰਾ ਦਾਂਗੇ ਤੁਹਾਨੂੰ ਕੰਮ ਲਵਾ ਦਾਂਗੇ ਤੁਹਾਨੂੰ ਉਹਨਾਂ ਨੇ ਬਹੁਤ ਕੰਮ ਲੱਭੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਸੋਸ਼ਲ ਵਰਕਰਾਂ ਨੂੰ ਕਿਹਾ ਵੀ ਤੁਹਾਡੇ ਕੰਟੈਕਟ ਦੇ ਵਿੱਚ ਵੀ ਮਤਲਬ ਇੱਥੋਂ 버밍ਹਮ ਤੋਂ ਲੋਕ ਜੁੜੇ ਹੋਣਗੇ ਉਹਨਾਂ ਨੂੰ ਕਹਿ ਕੇ ਮੇਰੀ ਹੈਲਪ ਕਰਾ ਦਿਓ ਮੈਨੂੰ ਕੰਮ ਦਵਾ ਦਿਓ ਮੇਰੇ ਕੋਲ ਕੰਮ ਨਹੀਂਗਾ ਤੇ ਵਿਚਾਰੇ ਬਹੁਤ ਸੋਸ਼ਲ ਵਰਕਰਾਂ ਨੇ ਇੱਥੇ ਆ ਕੇ ਫੋਨ ਕੀਤਾ ਹਨਾ ਫੋਨ ਕੀਤਾ ਲੋਕਾਂ ਨੂੰ ਵੀ ਹਰਜੀਤ ਨੂੰ ਕੰਮ ਦਵਾ ਦਿਓ ਬਹੁਤ ਮੁੰਡੇ ਮੇਰੇ ਕੰਟੈਕਟ ਚ ਆਏ ਜਿਹੜੇ ਕਹਿੰਦੇ ਸੀ ਵੀ ਭੈਣੇ ਹਾਂ ਸੀ ਤੈਨੂੰ ਕੰਮ ਦਵਾ ਦਾਂਗੇ ਅਸੀਂ ਤੇਰੀ ਹੈਲਪ ਕਰ ਦਾਂਗੇ ਬਟ ਮੈਂ ਹਰ ਪਾਸੋਂ ناکਾਮ ਰਹੀ ਮੈਨੂੰ ਜੋਬ ਨਹੀਂ ਮਿਲੀ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਇੱਕ ਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਜੇ ਮੈਂ ਇੰਡੀਆ ਵਾਪਸ ਹੋ ਜਾਂ ਤਾਂ ਮੈਂ ਕਾਸੀ ਜੋਗੀ ਵੀ ਨਹੀਂ ਰਹਿਣਾ ਇੰਡੀਆ ਮੈਂ ਵਾਪਸ ਨਹੀਂ ਹੋ ਸਕਦੀ ਥੀ ਕਰੋਨਾ ਕਰਕੇ ਕੰਮ ਨਹੀਂ ਸੀ ਮਿਲਦਾ ਬਹੁਤ ਮਾੜੇ ਹਾਲਾਤ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਕੰਮ ਮਿਲਿਆ ਰੈਸਟੋਰੈਂਟ ਤੇ ਹਨਾ ਜਿੱਥੇ ਮੈਂ ਭਾਂਡੇ ਵੀ ਮਾਂਜੇ ਨੇਗੇ ਤੇ ਮੈਂ ਪਰੌਂਠੇ ਵੀ ਰਾਹੇ ਨੇਗੇ ਮੈਂ ਪੈਕਿੰਗਾਂ ਵੀ ਕਰੀਆਂ ਨੇਗੀਆਂ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂਗਾ ਇੰਡੀਆ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਪਰ ਇੱਥੇ ਆ ਕੇ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਫੀਲ ਕਰਾਉਂਦਾ ਤੁਹਾਨੂੰ ਵੀ ਤੁਸੀਂ ਛੋਟਾ ਕੰਮ ਕਰਦੇ ਹੋ ਕੋਈ ਵੀ ਬੰਦਾ ਫੀਲ ਨਹੀਂ ਕਰਦਾ ਵੀ ਕੰਮ ਕੋਈ ਛੋਟਾ ਜਾਂ ਬڑا ਹੈ ਇੱਥੇ ਲੋਕੀ ਫੀਲ ਨਹੀਂ ਕਰਾਉਂਦੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਭਾਂਡੇ ਵੀ ਮਾਏ ਦਿਓ ਨਾ ਤਾਂ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਲੰਘੂਗਾ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਭਾਂਡੇ ਮਾਂਜੇ ਨਾਲ ਹੈਗਾ ਮਜਬੂਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇਗੇ ਫਿਰ ਮੈਨੂੰ ਰੈਸਟੋਰੈਂਟ ਤੇ ਕੰਮ ਮਿਲਿਆ ਜਿੱਦਾਂ ਬਹੁਤ ਚੰਗੇ ਸੀਗੇ ਬਹੁਤ ਬਹੁਤ ਚੰਗੇ ਸੀ ਬਹੁਤ ਵਧੀਆ ਸੀਗੇ ਵਿਚਾਰੇ ਥੋੜੇ ਜਿਹੇ ਦਿਨ ਕੀਤਾ ਮੈਂ ਕਿਉਂਕਿ ਮੇਰੇ ਕੋਲ ਮੈਂ ਰੈਂਟ ਵੀ ਕੱਢਣਾ ਸੀਗਾ ਮੇਰੇ ਕੋਲ ਰੈਂਟ ਨਹੀਂ ਸੀ ਮੇਰੇ ਹਾਲਾਤ ਬਹੁਤ ਔਖੇ ਸੀਗੇ ਬਹੁਤ ਮਤਲਬ ਔਖਾ ਸੀਗਾ ਤੇ ਫਿਰ ਮੈਂ ਇੱਥੇ ਮੈਨੂੰ ਚਲੋ ਉਹ ਮੇਲੇ ਪਾਜੀ ਪਾਜੀ ਕਹਿੰਦੇ ਚੱਲ ਅਸੀਂ ਤੈਨੂੰ ਕੰਮ ਤੇ ਰੱਖ ਲੰਨੇ ਆ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਚਲੋ ਜੀ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਚੰਗੇ ਸੀ ਇਦਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਉੱਥੇ ਵੀ ਮਤਲਬ ਮੈਨੂੰ ਪੇਪਰਾਂ ਤੇ ਕੰਮ ਨਹੀਂ ਸੀ ਮਿਲਦਾ ਥੋੜੇ ਜਿਹੇ ਦਿਨ ਹੀ ਮਿਲਿਆ ਜਿੱਦਾਂ ਮੈਂ ਕਹਿ ਸਕਦੀ ਆ ਬਹੁਤ ਔਖਾ ਹੋ ਗਿਆ ਫਿਰ ਮੈਨੂੰ ਇੱਕ ਮੇਰੇ ਫੇਸਬੁੱਕ ਤੇ ਫੇਸਬੁੱਕ ਥਰੂ ਇੱਕ ਜਿੱਦਾਂ ਗਰੋਸਰੀ ਲਈ ਇੱਕ ਆਪਣਾ ਪੰਜਾਬੀ ਵੀਰ ਆ ਸਾਬੀ ਜਿਨ੍ਹਾਂ ਦੀ ਮੈਂ ਪੋਸਟ ਆ ਹਰ ਸੰਡੇ ਪਾਉਣੀ ਆ ਹਰ ਸੰਡੇ ਸਾਡੇ ਸਟੂਡੈਂਟਾਂ ਨੂੰ ਉਹ ਗਰੋਸਰੀ ਦਿੰਦੇ ਨੇਗੇ ਹਨਾ ਫਿਰ ਮੈਂ ਸਾਬੀ ਵੀਰਾਂ ਮੇਰੇ ਕੰਟੈਕਟ ਚ ਆਇਆ ਤੇ ਹੁਣ ਵੀ ਮੇਰੀ ਲਾਈਵ ਵੀਡੀਓ ਉਹ ਦੇਖ ਰਹੇ ਨੇ ਉੱਪਰ ਮੈਨੂੰ ਸ਼ੋ ਹੋ ਰਿਹਾ ਤੇ ਫਿਰ ਸਾਭੀ ਵੀਰ ਮੇਰੇ ਕੰਟੈਕਟ ਚ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਹਰਜੀਤ ਹਨਾ ਕਿੱਦਾਂ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਕੋਰੋਨਾ ਕਰਕੇ ਵੀਰੇ ਸਾਰੇ ਕੰਮ ਬੰਦ ਨੇ ਮੇਰੇ ਕੋਲ ਕੰਮ ਨਹੀਂ ਕੋਈ ਹੈਗਾ ਹਨਾ ਵੀ ਮੈਂ ਆਹ ਕੰਮ ਕਰਦੀ ਆ ਰੈਸਟੋਰੈਂਟ ਤੇ ਜਿਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਹਨਾ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹਰ ਸੰਡੇ ਜਿੱਦਾਂ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦਿੰਦੇ ਉਹ ਮੈਨੂੰ ਵੀ ਗਰੋਸਰੀ ਦਿੰਦੇ इवन ਕਿਉਂਕਿ ਹਾਲਾਤ ਇੰਨੇ ਮਾੜੇ ਸੀ ਕਿ ਗਰੋਸਰੀ ਗਰੋਸਰੀ ਵੀ ਨਹੀਂ ਖਰੀਦ ਸਕਦੇ ਸੀ ਤੇ ਉਹਨਾਂ ਨੇ ਮੈਨੂੰ ਗਰੋਸਰੀ ਦੇਣੀ ਹਰ ਹਰ ਸੰਡੇ ਉਹ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦੇ ਕੇ ਜਾਂਦੇ ਤਾਂ ਮੈਨੂੰ ਵੀ ਦੇ ਕੇ ਜਾਂਦੇ ਹਨਾ ਤੇ ਉਹਨਾਂ ਦੀ ਗਰੋਸਰੀ ਨਾਲ ਟਾਈਮ ਲੰਘਿਆ ਉਹ ਵੀਰੇ ਨੇ ਮੇਰੀ ਇੰਨੀ ਕਾ ਜ਼ਿਆਦਾ ਹੈਲਪ ਕੀਤੀ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਜੇ ਕੋਈ ਇੱਕ ਵਾਰ ਤਾਂ ਮੇਰਾ ਜਮੀ ਰੱਬ ਤੋਂ ਵੀ ਯਕੀਨ ਟੁੱਟ ਗਿਆ ਸੀ ਜਦੋਂ ਹਾਲਾਤ ਮੇਰੇ ਮੈਂ ਹਰ ਇੱਕ ਨੂੰ ਜੌਬ ਲਈ ਕਹਿੰਦੀ ਹਰ ਇੱਕ ਨੂੰ ਜੌਬ ਲਈ ਕਹਿੰਦੀ ਜੌਬ ਲੱਭਦੀ ਮੈਨੂੰ ਜੌਬ ਦਵਾ ਦਿਓ ਜੌਬ ਦਵਾ ਦਿਓ ਜੌਬ ਜੌਬ ਦਾ ਨਹੀਂ ਕਿਤੇ ਬਣਦਾ ਸੀ ਤਾਂ ਮੈਨੂੰ ਇਵਨ ਮੈਨੂੰ ਰੱਬ ਤੋਂ ਵੀ ਯਕੀਨ ਉੱਠ ਗਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕੀ ਚੰਗੇ ਕੰਮ ਕਰਦੇ ਆ ਸ਼ਾਇਦ ਹਨਾ ਸੱਚ ਦੀ ਜ਼ਿੰਦਗੀ ਜਿਉਂਦੇ ਆ ਰੱਬ ਉਹਨਾਂ ਦਾ ਸਾਥ ਨਹੀਂ ਦਿੰਦੇ ਰੱਬ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ ਇੱਕ ਟਾਈਮ ਮੈਨੂੰ ਰੱਬ ਤੋਂ ਵੀ ਮੇਰਾ ਜਮਈ ਯਕੀਨ ਉੱਠ ਗਿਆ ਸੀ ਇੱਥੇ ਯੂਕੇ ਆ ਕੇ ਜਦੋਂ ਦਿਲ ਦੁਖੀ ਹੁੰਦਾ ਨਾ ਤਾਂ ਆਪਾਂ ਇਵਨ ਰੱਬ ਨੂੰ ਵੀ ਕਹਿੰਨੇ ਆ ਵੀ ਰੱਬਾ ਤੂੰ ਵੀ ਅਸੀਂ ਕਿਸੇ ਦਾ ਕੀ ਮਾੜਾ ਕਰਦੇ ਆ ਵੀ ਤੂੰ ਸਾਡੇ ਨਾਲ ਇਦਾਂ ਕਰਦਾਗਾ ਰੱਬ ਤੋਂ ਵੀ ਜਗੀਨ ਟੁੱਟਿਆ ਚਲੋ ਫਿਰ ਸਾਬੀ ਵੀਰਾ ਮਿਲਿਆ ਹਨਾ ਤੇ ਉਹਨੇ ਵਿਚਾਰੇ ਨੇ ਬਹੁਤ ਹੈਲਪ ਕੀਤੀ ਹਨਾ ਉਹਨਾਂ ਨੇ ਕਿਹਾ ਵੀ ਹਰਜੀਤ ਤੈਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸੀ ਤੂੰ ਮੈਨੂੰ ਫੋਨ ਕਰੀ ਹਨਾ ਐਵੇਂ ਕਹਿਣ ਵਾਲੇ ਲੋਕੀ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਲੋੜ ਪੈਣ ਤੇ ਤਾਂ ਉਹ ਵੀ ਭੱਜ ਜਾਂਦੇ ਆ ਸਭ ਉਹ ਵੀ ਨਹੀਂ ਫੋਨ ਚੱਕਣਾ ਬੰਦ ਕਰ ਜਾਂਦੇ ਆ ਰਿਸ਼ਤੇਦਾਰ ਵੀ ਮਾੜੇ ਟਾਈਮ 'ਚ ਅਸਲ ਕਹਿੰਦੇ ਆਪਣਿਆਂ ਤੇ ਬਕਾਨਿਆਂ ਦਾ ਬਗਾਨਿਆਂ ਦਾ ਸਿਆਣੇ ਕਹਿੰਦੇ ਸੀ ਹਨਾ ਸੁਣਦੇ ਸੀ ਵੀ ਆਪਣੇ ਤੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਲੋੜ ਹੁੰਦੀ ਆ ਜਦੋਂ ਲੋੜ ਹੁੰਦੀ ਆ ਉਦੋਂ ਪਰਖੇ ਜਾਂਦੇ ਨੇ ਕੌਣ ਆਪਣਾ ਕੌਣ ਬਗਾਨਾ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਫੋਨ ਵੀ ਚੱਕਣੇ ਬੰਦ ਕਰਤੇ ਵੀ ਹੁਣ ਔਖਾ ਟਾਈਮ ਆ ਕਿ ਸਾਡੇ ਤੋਂ ਕੁਝ ਮੰਗ ਨਾ ਲਵੇ ਹਰਜੀਤ ਤੇ ਵਿਚਾਰੇ ਚਲੋ ਸਾਬੀ ਵੀਰੇ ਦਾ ਸਹਾਰਾ ਹੋਇਆ ਹੌਸਲਾ ਹੋਇਆ ਹੋਰ ਵੀ ਕਾਫੀ ਵੀਰ ਸੀ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਜਿਹੜੇ ਕਹਿੰਦੇ ਸੀ ਵੀ ਹਰਜੀਤ ਕੋਈ ਨਹੀਂ ਜੇ ਕੋਈ ਤੈਨੂੰ ਪ੍ਰੋਬਲਮ ਆਈ ਤੂੰ ਸਾਨੂੰ ਫੋਨ ਕਰਦੀ ਹੈ ਨਾ ਹੋਰ ਵੀ ਹੈਗੇ ਸੀਗੇ ਤੇ ਇੱਕ ਦੋ ਵੀਰ ਮੇਰੇ ਨਾਲ ਲੰਡਨ ਤੋਂ ਜੁੜੇ ਹੋਏ ਨੇਗੇ ਇੱਕ ਦੋ ਮੇਰੇ ਤੋਂ ਅਮਰੀਕਾ ਤੋਂ ਜੁੜੇ ਹੋਏ ਨੇ ਜਿੱਦਾਂ ਹਨਾ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਉਹਨਾਂ ਨੂੰ ਮੈਂ ਦੱਸੀ ਫਿਰ ਆਪਦੀ ਪ੍ਰੋਬਲਮ ਵੀ ਮੈਨੂੰ ਤਾਂ ਬਹੁਤ ਮੈਨੂੰ ਪ੍ਰੋਬਲਮ ਆ ਰਹੀਆਂ ਨਹੀਂ ਗੀਆਂ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੈਨੂੰ ਉਹ ਕੀਤਾ ਸਹਾਰਾ ਦਿੱਤਾ ਹਨ ਤੇ ਫਿਰ ਸਾਬੀ ਵੀਰ ਨੇ ਤਾਂ ਦਿੱਤੇ ਹੀ ਦਿੱਤਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਜੌਬ ਲੱਭੀ ਇੰਨੀ ਜਗ੍ਹਾ ਤੇ ਫੋਨ ਕੀਤੇ ਕੰਟੈਕਟ ਕੀਤੇ ਵੀ ਇੱਕ ਕੁੜੀ ਆਈ ਆ ਹਨਾ ਇੰਡੀਆ ਤੋਂ ਵੀ ਉਹਨੂੰ ਕੰਮ ਦਵਾਉ ਮੇਰੀ ਛੋਟੀ ਭੈਣ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਟਾਈਮ ਤਾਂ ਕੰਮ ਦਾ ਨਹੀਂ ਬਣਿਆ ਹਨਾ ਚਲੋ ਉਹਨਾਂ ਦਾ ਹੌਸਲਾ ਰਿਹਾ ਚਲੋ ਇਦਾਂ ਸੀ ਵੀ ਹੁਣ ਆਪਾਂ ਭੁੱਖੇ ਨਹੀਂ ਮਰਦੇ ਚਲੋ ਹੈਗੇ ਨੇ ਪੰਜ ਸੱਤ ਵੀਰ ਹਨਾ ਜਿਹਦਾ ਸਹਾਰੇ ਆਪਾਂ ਰਹਿ ਸਕਦੇ ਆਂਗੇ ਜੇ ਇਨ ਕੇਸ ਆਪਣੇ ਕੋਲ ਕੁਝ ਵੀ ਨਹੀਂ ਹੋਊਗਾ ਤੈਨ ਆਪਾਂ ਉਹਨਾਂ ਨੂੰ ਫੋਨ ਕਰਾਂਗੇ ਉਹਨਾਂ ਤੋਂ ਹੈਲਪ ਲਵਾਂਗੇ ਤੇ ਫਿਰ ਸਾਬੀ ਵੀਰੇ ਨੇ ਹੌਲੀ 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 ਵਿਚਾਰਿਆਂ ਨੇ ਜੌਬ ਲੱਭੀ ਜੌਬ ਲੱਭੀ ਤੇ ਹੁਣ ਮੈਨੂੰ ਜੌਬ ਹੈ ਜਿਹੜੀ ਉਹ ਮਿਲ ਗਈ ਆ ਕਿਤੇ ਹੁਣ ਜਾ ਕੇ ਮੈਨੂੰ 5 ਮਹੀਨੇ ਹੋ ਗਏ ਇੱਥੇ ਆਈ ਨੂੰ ਮੈਨੂੰ ਹੁਣ ਇੱਥੇ ਜੌਬ ਮਿਲਿਆ ਸਾਬੀ ਵੀਰੇ ਨੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਹਨਾ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚੱਲ ਅਸੀਂ ਹਰਜੀਤ ਨੂੰ ਰੱਖ ਲਾਂਗੇ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਹੁਣ ਮੈਂ ਜਿੱਦਾਂ ਹੁਣ ਮੈਂ ਕੰਮ ਕਰਦੀ ਆਂਗੀ ਗਰੋਸਰੀ ਸ਼ਾਪ ਆ ਜਿਹੜੀ ਉੱਥੇ ਮੈਂ ਕੰਮ ਕਰਦੀ ਆਂ ਚਲੋ ਦੇਰ ਨਾਲ ਸਹੀ ਪਰ ਮੈਂ ਜਿੱਥੇ ਕੰਮ ਕਰਦੀ ਆਂ ਮੈਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਮਾਣ ਮਿਲਦਾਗਾ ਤੇ ਬਹੁਤ ਵਧੀਆ ਨੇਗੇ ਉਹ ਤੇ ਹੁਣ ਥੋੜਾ ਜਿਹਾ ਲਾਈਫ ਕਿਤੇ ਜਾ ਕੇ ਇੰਨੇ ਮਹੀਨਿਆਂ ਬਾਅਦ ਲਾਈਫ ਥੋੜੀ ਸੈੱਟ ਹੋਈ ਹੈਗੀ ਤੇ ਸੋ ਤੁਸੀਂ ਸੋਚਦੇ ਹੋਵੋਗੇ ਵੀ ਹਰਜੀਤ ਇਹ ਗੱਲਾਂ ਪਤਾ ਨਹੀਂ ਕਿਉਂ ਦੱਸੀ ਜਾਂਦੀ ਆ ਕਿਉਂ ਸਾਡੇ ਨਾਲ ਸ਼ੇਅਰ ਕਰੀ ਜਾਂਦੀ ਆ ਪਤਾ ਨਹੀਂ ਉਹਨੇ ਪਬਲਿਸਿਟੀ ਲੈਣੀ ਆ ਪਤਾ ਨਹੀਂ ਉਹਨੇ ਲਾਈਕ ਵਧਾਉਣੇ ਆ ਪਤਾ ਨਹੀਂ ਉਹਨੇ ਕਮੈਂਟ ਵਧਾਉਣੇ ਆ ਨਹੀਂ ਵੀਰੋ ਮੈਂ ਇਸ ਲਈ ਤੁਹਾਨੂੰ ਗੱਲਾਂ ਨਹੀਂ ਦੱਸਦੀ ਮੈਂ ਤੁਹਾਨੂੰ ਇਸ ਲਈ ਗੱਲਾਂ ਦੱਸਦੀਆਂ ਜਿਹੜੇ ਲੋਕੀ ਆਪਣੀਆਂ ਕੱਲੀਆਂ ਕੁੜੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਅਨਮੈਰਿਡ ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਅਨਮੈਰਿਡਾਂ ਅਸੀਂ ਬਾਹਰ ਚੱਲ ਜਾਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਇਹ ਵੀਡੀਓ ਉਹਨਾਂ ਕੁੜੀਆਂ ਲਈ ਆ ਮੇਰੇ ਨਾਲ 2 4 ਵੀਰ 5 ਵੀਰ 10 ਵੀਰ ਜੁੜੇ ਹੋਏ ਸੀ ਜਿਨ੍ਹਾਂ ਦਾ ਮੈਨੂੰ ਸਹਾਰਾ ਸੀ ਕਿ ਮੈਂ ਇਹ ਕੰਟਰੀ ਦੇ ਵਿੱਚ ਭੁੱਖੀ ਨਹੀਂ ਮਰਾਂਗੀ ਮੈਂ ਉਹਨਾਂ ਦੇ ਸਿਰ ਤੇ ਹੌਸਲਾ ਸੀ ਪਰ ਜਿਹੜੀਆਂ ਕੁੜੀਆਂ ਦਾ ਕੋਈ ਵੀ ਨਹੀਂ ਹੁੰਦਾ ਹਾਲਾਤ ਜਿੱਦਾਂ ਕਰੋਨਾ ਨੇ ਹਾਲਾਤ ਇੰਨੇ ਮਾੜੇ ਬਣਾਤੇ ਜੇ ਇੱਥੇ ਤੁਹਾਡਾ ਕੋਈ ਵੀ ਨਹੀਂ ਹੋਊਗਾ ਤਾਂ ਤੁਹਾਡਾ ਕੀ ਹੋਊਗਾ ਇਹ ਵੀਡੀਓ ਉਹਨਾਂ ਮਾਪੇ ਪਾਪਾ ਨੂੰ ਇੱਕ ਮੈਸੇਜ ਆ ਕਿ ਕੱਲੀਆਂ ਕੁੜੀਆਂ ਨੂੰ ਮਾਪੇ ਨਾ ਭੇਜਣ ਬਾਹਰ ਜੇ ਭੇਜਣਾ ਆ ਤਾਂ ਆਪਣੀਆਂ ਕੁੜੀਆਂ ਨੂੰ ਵਿਆਹ ਕਰਕੇ ਭੇਜੋ ਤਾਂ ਕਿ ਉਹਨਾਂ ਨੂੰ ਇੰਨਾ ਤਾਂ ਹੌਸਲਾ ਰਹੂਗਾ ਕਿ ਸਾਡਾ ਹਸਬੰਡ ਸਾਡੇ ਨਾਲ ਹੈਗਾ ਕੋਈ ਔਖਾ ਟਾਈਮ ਆਉਂਦਾ ਤਾਂ ਹਸਬੰਡ ਸਾਥ ਤਾਂ ਦੇ ਦੂਗਾ ਕਿਉਂਕਿ ਇਸ ਦੁਨੀਆ ਇਸ ਦੇਸ਼ਾਂ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੇ ਕੱਲੀਆਂ ਕੁੜੀਆਂ ਪਹਿਲਾਂ ਮੈਂ ਵੀ ਜਿੱਦਾਂ ਮੈਂ ਵੀ ਇੱਕ ਕੁੜੀਆਂ ਮੈਂ ਵੀ ਇਹ ਸੋਚਦੀ ਸੀ ਮੈਂ ਕੱਲੀ ਪਹਿਲਾਂ ਮੈਂ ਅਨਮੈਰਿਡ ਸੀਗੀ ਹਨਾ ਮੈਂ ਸੋਚਦੀ ਸੀ ਮੈਂ ਕੱਲੀ ਬਾਹਰ ਚੱਲ ਜਾ ਬਾਹਰ ਚੱਲ ਜਾ ਹਨਾ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਪਰ ਜਦੋਂ ਇੱਥੇ ਕੱਲੀਆਂ ਕੁੜੀਆਂ ਆਉਂਦੀਆਂ ਨੇ ਨਾ ਤਾਂ ਉਦੋਂ ਇਹ ਇਹੀ ਸੋਚਦੀਆਂ ਨੇ ਪਹਿਲਾਂ ਤਾਂ ਕੱਲੀਆਂ ਆ ਜਾਂਦੀਆਂ ਨੇ ਇੰਡੀਆ ਤੋਂ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਮੇਸ਼ਾ ਉਹ ਇਹ ਕਹਿੰਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਾ ਕਰਾ ਕੇ ਆਈਆਂ ਨਾ ਉਹ ਇੰਡੀਆ ਮੁੜਨ ਜੋਗੀਆਂ ਹੁੰਦੀਆਂ ਨਹੀਂ ਗਈਆਂ ਨਾ ਉਹ ਇੱਥੇ ਰਹਿਣਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ हां ਜਿਨ੍ਹਾਂ ਦੇ ਮਾਵਾਪਾ ਕੋਲ ਜਾਦਾ ਪੈਸਾ ਆ ਜਾਂਦਾ ਅਮੀਰ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਇੰਡੀਆ ਤੋਂ ਪੈਸੇ ਭੇਜੀ ਜਾਣਗੇ ਪਰ ਜਿਹੜੇ ਸਟੂਡੈਂਟ ਕਰਜਾ ਚੱਕ ਚੱਕ ਆਉਂਦੇ ਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਅਸੀਂ ਕੱਲੀਆਂ ਜਾਵਾਂਗੇ ਮਾਵਾਪਾ ਕਹਿੰਦੇ ਨੇ ਅਸੀਂ ਕੱਲੀਆਂ ਕੁੜੀਆਂ ਨੂੰ ਉਤਾਰਾਂਗੇ ਉਹਨਾਂ ਲਈ ਬਹੁਤ ਔਖਾ ਖਾਸ ਤੌਰ ਤੇ ਇੰਗਲੈਂਡ ਕੰਟਰੀ ਦੇ ਵਿੱਚ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਬਾਕੀ ਕੰਟਰੀਆਂ ਦਾ ਮੈਨੂੰ ਨਹੀਂ ਪਤਾ